ਅ ਮਿੰਟੂ ਜੀ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਾਫੀ ਵਾਇਰਲ ਹੋ ਗਏ ਉਗੋਕੇ ਤਲਖੀ ਦੇ ਵਿੱਚ ਸੀਗੀ ਵੀਡੀਓ ਕਾਫੀ ਅਨਆਪਛਾਬ ਜਾਂ ਵੀ ਮਿਲਦਾ ਬਾਕੀ ਹਾਂਜੀ ਦੇਖੋ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਕਿ ਜਦੋਂ ਲਾਬਾ ਲਬ ਲਾਬ ਸਿੰਘ ਉਗੋਕੇ ਬਣ ਜਾਵੇ ਤੇ ਫਿਰ ਫਰਕ ਤੇ ਪੈਂਦਾ ਹੀ ਆ ਨਾ ਕਰ ਲਈਏ ਕਿ ਇਹਨੇ ਚੰਨੀ ਨੂੰ ਹਰਾ ਕੇ ਪੂਰਾ ਮਤਲਬ ਕਿ ਜਸਖਟਿਆ ਪੂਰੇ ਭਲਖੱਟੀ ਪੂਰਾ ਇਹ ਮਤਲਬ ਕਿ ਪੂਰਾ ਸਲਾਇਆ ਗਿਆ ਵੀ ਬੰਦਾ ਇੱਕ ਨੌਜਵਾਨ ਗਰੀਬ ਘਰ ਚੋਂ ਉਠਿਆ ਜਦੀ ਮਾਂ ਸਵੀਪਰ ਸੀਗੀ ਤੇ ਮਤਲਬ ਕਿ ਬਹੁਤ ਬੱਲੇ ਬੱਲੇ ਆ ਅੱਛਾ ਹੁਣ ਇਹ ਨਵਾਂ ਜਿਹੜਾ ਚੰਨ ਚੜ੍ਹਿਆ ਉਹ ਗੱਲ ਇਹ ਫੇਰ ਉੱਥੇ ਆ ਜਾਣੀ ਹੈ ਇਹ ਅਸਲ ਚ ਇਹ ਵੀ ਵਿਰੋਧ ਹੈ ਇਹ ਵਿਰੋਧ ਇਸੇ ਗੱਲ ਦਾ ਹੀ ਹੈ ਕਿ ਜਿਹੜਾ ਇਹ ਪਿੰਡ ਹੈ ਸਹਿਣਾ ਤਾਂ ਇਹ ਦੇ ਵਿੱਚ ਕੀ ਸੀਗਾ ਕਿ ਵਿਰੋਧ ਕਰ ਰਹੇ ਸਨ ਲੋਕ ਕਿ ਤੁਸੀਂ ਇਹ ਕਲੀਨਿਕ ਨਾ ਖੋਲੋ ਜੇ ਤੁਸੀਂ ਖੋਲਣੀ ਵੀ ਆ ਬਰੋਬਰ ਉਹ ਖੋਲੋ ਦੂਜੀ ਸਾਡੀ ਉਹ ਜਿਹੜੀ ਚੱਲਦੀ ਆ ਜੋ ਸਾਡਾ ਸਿਹਤ ਕੇਂਦਰ ਚੱਲਦਾ ਉਹਨੂੰ ਬੰਦ ਨਾ ਕਰੋ ਅਸੀਂ ਤੁਹਾਨੂੰ ਜ਼ਮੀਨ ਦੇ ਦਿੰਨੇ ਆ ਜੇ ਤੁਹਾਡੇ ਕੋਲ ਫੰਡ ਵੀ ਨਹੀਂ ਅਸੀਂ ਬਿਲਡਿੰਗ ਬਣਾ ਕੇ ਦੇ ਦਿੰਨੇ ਆ ਤਾਂ ਇੱਥੋਂ ਕਰਦੇ ਆ ਕਰਦੇ ਆ ਗੱਲ ਜਿਹੜੀ ਹੈ ਉਹ ਸਾਰਾ ਕੁਝ ਫਿਰ ਦੂਜਾ ਪਾਸਾ ਲੈ ਜਾਂਦੀ ਆ ਤੇ ਇਹ ਦੋਨੇ ਆਪਸ ਦੇ ਵਿੱਚ ਥੋੜਾ ਤਲਖ ਹੁੰਦੇ ਨੇ ਸਰਪੰਚ ਆ ਜਿਹੜਾ ਉਹ ਵੀ ਨੌਜਵਾਨ ਆ ਤੇ ਉਹ ਤਾਂ ਵੈਸੇ ਗੱਲ ਰੱਖ ਰਿਹਾ ਸੀਗਾ ਤੇ ਮਤਲਬ ਕਿ ਕਹਿੰਦਾ ਜੀ ਕਿ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਕਹਿੰਦਾ ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ ਆ ਨਹੀਂ ਤੇ ਮਾਰ ਕੇ ਥਪੜੇ ਉਹਨੂੰ ਅੰਦਰ ਸੁਟਿਆ ਹੁੰਦਾ ਇਸ ਗੱਲ ਤੋਂ ਫਿਰ ਉਹ ਜਿਹੜੇ ਸਰਪੰਚ ਸਾਹਿਬ ਨੇ ਜਾਂ ਪਿੰਡ ਨਿਵਾਸੀ ਨੇ ਉਹ ਬੜੇ ਖਫਾ ਹੋਏ ਉਹਨਾਂ ਨੇ ਆਖਿਆ ਕਿ ਕਿਹੜੀ ਹਰਕਤ ਐ ਬਈ ਫਿਰ ਇਹ ਵੀ ਉਹਨਾਂ ਨੇ ਦੋਸ਼ ਲਾਇਆ ਕਿ ਇਹਦਾ ਉਦਘਾਟਨ ਮਤਲਬ ਕਿ ਕਿਉਂਕਿ ਜਿਹੜਾ ਪਿੰਡ ਸੀ ਨਗਰ ਸੀਗਾ ਬਹੁਤ ਵੱਡਾ ਪਿੰਡ ਆ ਉਹ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਵਿਰੋਧ ਦੇ ਵਿੱਚ ਸੀ ਇੱਥੇ ਬਹੁਤ ਭਾਰੀ ਪੁਲਿਸ ਨਫਰੀ ਲਾਈ ਗਈ ਤਣਾਤ ਕੀਤੀ ਗਈ ਤੇ ਮੁੜ ਕੇ ਇਥੋਂ ਮਤਲਬ ਕੱਟ ਕੇ ਰੀਬਨ ਤੇ ਇਹ ਨਿਕਲ ਗਏ ਨੇ ਹੂੰ ਵੀ ਸਾਡਾ ਵਿਰੋਧ ਸਾਡਾ ਜਿਹੜਾ ਰੋ ਹੈ ਉਹ ਇਹਨਾਂ ਨੇ ਦਰਖਨਾਰ ਕਰ ਦਿੱਤਾ ਮਤਲਬ ਕਿ ਹਿਸਾਬ ਲਾ ਲੋ ਕਿ ਸੇਵਾ ਵੀ ਕਿਸ ਤਰ੍ਹਾਂ ਕੀਤੀ ਜਾਰੀ ਬਦਲਾਵ ਨਾਲੋਂ ਕਿ ਲੋਕ ਕਹ ਰਹੇ ਕਿ ਨਹੀਂ ਚਾਹੀਦੀ ਇਹ ਚੀਜ਼ ਕਹਿੰਦੇ ਕਿ ਠੱਕੇ ਨਾਲ ਦੇਵਾਂਗੇ ਔਰ ਕਮਾਲ ਦੀ ਗੱਲ ਇਹ ਆ ਕਿ ਰੀਵਨ ਕਟਾਈ ਵੀ ਉਹ ਪੁਲਿਸ ਦੇ ਡੰਡੇ ਦੀ ਜ਼ੋਰ ਤੇ ਕਰਕੇ ਤੇ ਨਿਕਲ ਜਾਂਦੇ ਆ ਹਾਲਾਂਕਿ ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ ਨਹੀਂ ਐਦਾ ਬੋਲਣਾ ਚਾਹੀਦਾ ਜਦੋਂ ਉਹ ਗੱਲ ਰੱਖ ਰਹੇ ਨੇ ਆਪਣੀ ਉਹ ਕਿਹੜਾ ਤੁਹਾਡੇ ਗੱਲ ਪੈ ਰਹੇ ਨੇ ਹੂੰ ਬੜੇ ਸਾਰਥਕ ਤਰੀਕੇ ਨਾਲ ਸਮਝਾ ਰਹੇ ਤੁਹਾਨੂੰ ਆਫਰ ਕਰ ਰਹੇ ਨੇ ਕਿ ਤੁਸੀਂ ਭਾਈ ਕੁਝ ਵੀ ਕਰੋ ਤੁਹਾਡੇ ਨਾਲ ਆ ਵਧੀਆ ਗੱਲ ਹੈ ਪਰ ਜੋ ਚੀਜ਼ਾਂ ਮਤਲਬ ਕਿ ਸਾਡੇ ਇੱਥੇ ਹੈਗੀਆਂ ਨੇ ਉਹਨਾਂ ਨੂੰ ਚੱਲਦੀਆਂ ਰਹਿਣ ਦਿਓ ਗੱਲ ਤੇ ਇੱਥੋਂ ਹੀ ਵਧੀ ਸੀਗੀ ਨਾ ਤਾਂ ਖੈਰ ਹੁਣ ਇਹ ਮਾਮਲਾ ਜਿਹੜਾ ਉਹ ਫਿਰ ਇੰਨਾ ਭੱਗ ਗਿਆ ਕਿ ਸਰਪੰਚ ਨੇ ਬਾਅਦ ਚ ਫੇਰ ਵੀਡੀਓ ਪਾ ਦਿੱਤੀ ਉਹ ਕਹਿੰਦਾ ਬਾਕੀ ਜਿਹੜੀ ਥਪੜੇ ਥਪੜੇ ਮਾਰਨ ਵਾਲੀ ਗੱਲ ਹੈ ਨਾ ਤੇ ਤੂੰ ਵੀ ਲੈ ਆਂੀ ਬੰਦੇ ਤੇ ਮੈਂ ਵੀ ਲੈ ਆਉ ਹੂੰ ਤੇ ਬੰਦੇ ਲਿਆ ਕੇ ਸਾਈਡ ਤੇ ਖਿਲਾਰ ਦਿਆਂਗੇ ਨਾਹਾ ਕੀ ਨਾ ਵੱਲਾ ਤੇ ਕੱਲੇ ਨੂੰ ਕਲਾ ਮਤਲਬ ਕਿ ਆਪਾਂ ਕਲਮ ਕੱਲਾ ਵੇਖ ਲਵਾਂਗੇ ਫਿਰ ਲੱਗ ਜੂ ਪਤਾ ਹੂੰ ਤੇ ਗੱਲ ਇਹ ਆ ਕਿ ਬਈ ਇਹਨਾਂ ਨੂੰ ਥੋੜਾ ਜਿਹਾ ਸੰਕੋਚ ਕੇ ਬੋਲਣਾ ਚਾਹੀਦਾ ਅੱਗੇ ਇਹਨਾਂ ਦੇ ਵਿਧਾਇਕਾਂ ਨੇ ਬੜੀ ਇਹਨਾਂ ਦੀ ਲੱਸੀ ਕਰਾਈ ਆ ਕਈ ਵਾਰੀ ਹੁਣ ਇਸ ਵੀਡੀਓ ਨੇ ਬਹੁਤ ਜ਼ਿਆਦਾ ਅਜ ਤਾਂ ਕਹਿ ਲੋ ਕਿ ਮਾਮਲਾ ਜਿਹੜਾ ਦੂਸਰੀ ਦਿਸ਼ਾ ਵੱਲ ਖੜਿਆ ਹੈ ਤਾਂ ਖੈਰ ਇਹਨਾਂ ਨੂੰ ਨਹੀਂ ਚਾਹੀਦਾ ਹੋ ਸਕਦਾ ਹੈ ਕਿ ਕੱਲ ਨੂੰ ਇਹ ਗੱਲ ਨਿਬੜ ਜਾਵੇ ਹੋ ਸਕਦਾ ਹੈ ਕਿ ਮਾਮਲਾ ਜਿਹੜਾ ਠੰਡਾ ਪੈ ਜਾਵੇ ਪਰ ਇੱਕ ਵਿਧਾਇਕ ਬੰਦਿਓ ਇਹ ਹੌਲੇ ਦਰਜੇ ਦੇ ਸ਼ਬਦ ਕਹਿਣੇ ਇਹ ਸਾਫ਼ ਦਰਸਾਉਂਦਾ ਕਿ ਜਾਂ ਤਾਂ ਤੁਹਾਡੇ ਸਿਰ ਨੂੰ ਹੰਕਾਰ ਚੜ ਗਿਆ ਹੂੰ ਜਾਂ ਜਾਂ ਫਿਰ ਇਹ ਆ ਕਿ ਬਈ ਤੁਸੀਂ ਲੋਕ ਜਿਹੜੇ ਹੋ ਨਾ ਇੱਥੇ ਉਸ ਕਾਬਲ ਨਹੀਂ ਸੀ ਜਿਸ ਕਾਬਲ ਲੋਕਾਂ ਨੇ ਬਣਾ ਦਿੱਤਾ ਤੁਹਾਨੂੰ ਹੂੰ ਕੀ ਉਹਨਾਂ ਨੇ ਗਲਤੀ ਕਰ ਲਈ ਰੋਈ ਜਿਸ ਹ ਸਕਦੀਆਂ ਤੇ ਜਿਹੜਾ ਹੰਕਾਰ ਹੁੰਦਾ ਹੰਕਾਰ ਨੇ ਤੇ ਰਾਵਣ ਵਰਗੇ ਖਾਛ ਛਡੇ ਨੇ ਤੇ ਇਹਦੇ ਤੋਂ ਬਚਣਾ ਚਾਹੀਦਾ ਤੁਹਾਨੂੰ ਬਚਣਾ ਚਾਹੀਦਾ ਭਈ ਇਹ ਬਹੁਤ ਮਾੜੀ ਗੱਲ ਹੈ ਤੁਹਾਡੀ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਹ ਨਾ ਚੀਜ਼ਾਂ ਨੂੰ ਤੇ ਇਹ ਕਰਨ ਦੀ ਲੋੜ ਨਹੀਂ ਤੁਸੀਂ ਡਿਵੈਲਪਮੈਂਟ ਕਰੋ ਔਰ ਉਹ ਡਿਵੈਲਪਮੈਂਟ ਕਰੋ ਜਿਹੜੀ ਲੋਕ ਚਾਹੁੰਦੇ ਨੇ ਧੱਕੇ ਦੀ ਖੀਰ ਨਾ ਖਵਾਓ ਲੋਕਾਂ ਨੂੰ ਹੂੰ ਜੀ